ਲਓ ਜੀ ਤੇ ਅੱਜ ਹੈਗਾ ਦੂਜਾ ਦਿਨ ਤੇ ਆ ਸੀਟ ਹੋਲ ਸੀ ਆਪਾਂ ਹੁਣੇ ਡਬਲ ਸੀਟ ਕਰਾਂਗੇ ਲਓ ਜੀ ਤੇ ਬਾਕੀ ਹੁਣ ਸਟੈਂਡ ਲਾਈਏ ਦੂਜਾ ਚੱਕੋ ਦੇਖੋ ਹੁਣ ਇਹਦੇ ਕਰਦੇ ਆ ਡਬਲ ਸੀਟ ਇਹਨੂੰ ਸਾਰਾ ਕੁਝ ਪੱਟ ਕੇ ਮਾਰਿਆ ਤੇ ਆ ਵੱਢ ਕੇ ਜਿਗਾੜ ਜਾ ਇੱਥੋਂ ਪੈਪ ਬਣਾਵਾਂਗੇ ਜਿਗਾੜ ਇਦਾਂ ਤੇ ਫਿਰ ਉਹਦੇ ਸੀਟ ਲੱਗੂਗੀ ਲਓ ਜੀ ਤੇ ਵੱਢਤਾ ਜਿਗਾੜ ਤੇ ਇਹਦਾ ਹੁਣ ਆਪਾਂ ਕਰਾਂਗੇ ਬਾਕੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੇ ਆਗੇ ਆ ਗਿਆ ਪੁਰਾਣਾ ਕੁੰਡ ਕਿੱਥੇ ਕਿੱਧਰ ਕੋਈ ਨਾ ਫੋਨ ਕਰ ਦਿਓ ਮੈਂ ਮੜਿਆ ਕਰਾ ਲਾ ਹਾਏ ਆ ਨਾਲ लो जी अपने लोकली इतने ग्रोसरी स्टोर आते इतों असी ले लिया दिखाई मैगी दो मैगी ले लिया हूँ असी कहल फार्म से जाके मैगी बनावे मोटर से बना के खावे हाँ होर तो नहीं कोई लेना सी मैगी सॉस रह गई राजा हाँ सॉस देख ली एक मिनट वह देखो ले जेडे मर्जी कुछ लो चलो बाकी देखते हैं समान समून ले लिया मैगी लैनी सी होर तो नहीं कोई लेना सॉस वो तो मैं पहले ही कहता वह बड़िया पै गई ने छोटी नहीं हैगी छोटी रखनी चाहिए थी है ना जैम ले जा दे जैम की करनी है चल नहीं छाड़ आ देख लो फिर नहीं ब्रेड चली है लो जी पहुंच गए कैल फार्म ते समान आ सीगा ठीक है चल दे अंदर क्या बात है बहुत यार वधिया फीलिंग आउंदी है ना उरे आके फार्म वाली फीलिंग बाकी आ सोलर वाला का देखो सारा जगाड़ सोलर ते चलदा ना ठीक है थोड़ा जिहा घटाया होया प्रेशर प्रेशर तो बहुत है ना प्रेशर तो बहुत है देखो ओ आओ चक्को खोल तो सारा आ सारा भाई ने आप ही डिजाइन किया होया ना बस कर उधर बनाना सारा कुछ ही फार्म फ्रेश सुबह सुबह उठ के अलग ही वाइब आउंदी होना उरे आके बहन पूरी शांति च ते बाकी भाई हुणा दा फार्म बनाउने आ मैगी उरी उरी धक्के बनावांगे समान ल्याउने आ चक्के सो गाइस आज हम पहाड़ों वाली मैगी दिखाएंगे आपको बना के लो जी ते आ खाई जांदे सीगे बड़ी टेस्टी है ओ बात है ना ओके पूरी तो बहुत अच्छी है जी बहुत घेंट आ हां ले आ उनू बिजू नु बुला के ले जा लो भी गाइस गैस ते बनाई हैगी ये पूरी चूल्हे ते वाह कोई नहीं ते बाकी मैं थोड़ी बिया बड़ा कैंड फील आ रहा मोटर ते मतलब फार्म ते बैठ के खान दा करो चेक ओके रिपोर्ट जमा ओके रिपोर्ट ओके रिपोर्ट टॉम बैठा टॉम सुत्ता पया टॉम बेटा मैगी खानी बेटा पै जाने दो टॉम नु पै जाने कोई नहीं लो जी ते मैगी मूगी खान तो बाद हुण असीं चलदे ते अपने रोहिपति अपना वीर आया होया मस्टैंग वाला तुहानूं मैं पहलां दिखाई सी ना कि पहला ला ला चल मूर नहीं ला चल बैक देख दे तोर के सारे बैक इत रह गया हाई स्पीड कर गरारे बड़े पाए हुए बाकी इधर खड़ा गा ये भी तैयार करना कहने ताकत वाला बाई कहना यू जा लंबा करके सिस्टम कराता तू चलो किन्नवागा देखो दुण 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 दुण।
ਪਹਿਲਾ ਪਾਓ ਉਹ ਉਹਨਾਂ ਨੇ ਦੂਆ ਪਾਉਂਦੇ ਆ ਕਿਹੜਾ ਇਹਦਾ ਦੂਜਾ ਗਾ ਕਿਹੜਾ ਗਾ ਤੀਜਾ ਇਹਦਾ ਤੀਜਾ ਹੋਇਆ ਦੂਜੇ ਦੇ ਬਰਾਬਰ ਨਹੀਂ ਹੈਗਾ ਬੈਗ ਵੀ ਬਾਹਲਾ ਪਾਇਆ ਦੇਖ ਪੰਜ ਗੇਅਰ ਨੇ ਗੇ ਪੰਜ ਗੇਅਰ ਪੰਜ ਕਰਕੇ ਉਹੀ ਵੱਧ ਪਾਉਂਦੇ ਆ ਲਓ ਜੀ ਖੁਰਾਕ ਜ਼ਰੂਰੀ ਆ ਖੁਰਾਕ ਪੂਰੀ ਕਰਤੀ ਹੁਣ ਟਰੈਕਟਰ ਦੀ ਇਹਦੀ ਐਵਰੇਜ ਤਾਂ ਮਤਲਬ ਕਿਵੇਂ ਕੱਢੀ ਹੋਊਗੀ ਕਦੇ ਕੱਢੀ ਆ 3000 ਕੇ ਦਿੰਦਾ ਮੈਂ 3000 ਕਦੀ ਮਸਾਂ ਬਸ 3-4 ਦੀ ਹੈ ਨਾ ਇੰਨੇ ਦੀ ਦੇਊਗਾ ਪੰਪ ਐਡਵਾਂਸ ਆ ਨਾ ਪੰਪ ਐਡਵਾਂਸ ਉਹਦੇ ਕਰਕੇ ਇਹ ਪਰ ਇਹਦਾ ਤੇਲ ਘਟਾ ਦਈਏ ਚਾਚਾ ਫਿਰ ਬਾਹਲੀ ਦੇਊਗਾ ਨਾ ਐਵਰੇਜ 4 ਸਿਲੰਡਰ ਕਰਕੇ ਦਾਬਦਾ ਘਟਾ ਹਾਂ ਠੀਕ ਆ ਯਾਨੀ ਕਿ ਫਿਰ ਉਹੀ ਮਤਲਬ 4 ਸਿਲੰਡਰ ਕਰਕੇ ਦਾਬਦਾ ਘਟਾ ਬਾਕੀ ਸਾਰੇ 3 ਸਿਲੰਡਰ ਹੀ ਹੁੰਦੇ ਹੈਗੇ 3330 ਵੀ ਸਵਰਾਜ ਵੀ ਜੌਂਡੀਅਰ ਵੀ ਇਹ ਕਿੰਨੇ ਹੌਸ ਪਾਵਰ ਹੈਗਾ ਕੰਪਨੀ ਕਿੰਨੇ ਦਿੰਦੀ ਆ 60 ਹੌਸ ਪਾਵਰ ਦਿੰਦੀ ਆ ਠੀਕ ਹੈ ਟਰਬੋ ਲਾ ਕੇ ਦਾ 70-70 ਬਣ ਜਾਣਾ ਇਹਨੇ ਹੁਣ ਵੀ ਬੈਂਡ ਪੂਰਾ ਤਾਂ ਹੈਗਾ 60 ਹੈ ਹੀ ਹੈ 60 ਪਾਵਰ ਦਾ ਵੱਧ ਹਾਂ ਪਾਵਰ ਦਾ ਵੱਧ ਆ ਪੰਪ ਵੀ ਐਡਵਾਂਸ ਆ ਨਾ ਦੇਖੀ ਆ ਬੜਾ ਆ ਬੜਾ ਟਰੈਕਟਰ ਕਤੋਂ ਆ ਕਿੰਨਾ ਮਾਰਦਾ ਗੱਲ ਕਹਿ ਪਰੇ ਕਰ ਲੋ ਇਹ ਟਰੈਕਟਰ ਮੁੜਦਾ ਬਹੁਤ ਘੱਟ ਆ ਇਹਦਾ ਐ ਨਹੀਂ ਪਤਾ ਇੰਨੀ ਸਪੀਡ ਚ ਕਿੱਧਰ ਨੂੰ ਵਗ ਜਾਣਾ ਇਹਨੇ ਇਹਦਾ ਐ ਨਹੀਂ ਪਤਾ ਇੰਨੀ ਸਪੀਡ ਚ ਕਿੱਧਰ ਨੂੰ ਵਗ ਜਾਣਾ ਇਹਨੇ ਬ੍ਰੇਕਾਂ ਬਰੂਕਾਂ ਹੈ ਨਹੀਂ ਇਹਦੀਆਂ ਗੇੜਾ ਦੇਣਾ ਟਰੈਕਟਰਾਂ ਉੱਤੋਂ ਦੀ ਉੱਤੋਂ ਦੀ ਗੇੜਾ ਦੇਣਾ ਕਹਿੰਦਾ ਗੇੜਾ ਦੂਜਾ ਇਹ ਕਹਿੰਦੇ ਮੁੰਡੇ ਨੇ ਗੇੜੇ 3 ਦਿੱਤੇ ਟਰੈਕਟਰ ਉੱਤੋਂ ਦੀ ਤੇਲ ਹੋ ਗਿਆ ਹੁਣ ਪੰਪ ਮਾਰਨਾ ਹੁਣ ਹੈਪੀਆਂ ਦਾ ਮੈਂ ਕਰਕੇ ਦੇਖਣਾ ਗਾ ਦੇਖੂ ਕਰਕੇ ਨਹੀਂ ਕਹਿੰਦਾ ਨਾ ਬਾਕੀ ਪਰਮਵੀਰ ਕਹਿੰਦਾ ਮੈਂ ਸਟੰਟ ਕਰਕੇ ਦੇਖਾਂ ਦੇਖ ਕੇ ਇਹਨੂੰ ਹੌਲੀ ਹੌਲੀ ਕਰੀ ਯਾਰ ਬਾਈ ਨੂੰ ਤਾਂ ਹਿਸਾਬ ਆ ਜਾਣੀ ਕਿ ਜਿਹਦਾ ਟਰੈਕਟਰ ਹੁੰਦਾ ਉਹਨੂੰ ਤਾਂ ਪਤਾ ਹੀ ਆ ਹਨਾ ਉਹ ਵੀ ਕੋਈ ਵੀ ਟਰੈਕਟਰ ਆ ਹਾਂਜੀ ਕਲੱਚ ਦਾ ਬੜੀ ਗੌਰ ਰੱਖਣੀ ਹੁੰਦੀ ਆ ਹਾਂ ਬੜਾ ਇੱਧਰ ਨਹੀਂ ਆਈ ਲਾ 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 ਪੰਪ ਵਾਲਾ ਜਗਾੜ ਬਾਹਲਾ ਗਲਤ ਆ ਦੇਖੋ ਇਹ ਮਾਰਨਾ ਪੈਂਦਾ ਨਾ ਜਦੋਂ ਤਾਹ ਵਗ ਜਾਂਦਾ ਫਿਰ ਤੇਲ ਮਗਰ ਆ ਜਾਂਦਾ ਬਾਹਲਾ ਪਿਆਰ ਕਰ ਥੋੜ੍ਹਾ ਜਿਹਾ ਚਲਾ ਕੇ ਦੇਖੀ ਗੇਅਰ ਗੂਰ ਕਿੱਧਰ ਨੂੰ ਨੇ ਇਹਦੇ ਓਕੇ ਸੀਟ ਵਾਲੇ ਘੈਂਟ ਆ ਨਾ ਜਗਾੜ ਬਾਹਲੀ ਨੇੜੇ ਨਹੀਂ ਹੈਗੀ ਸੀਟ
ਨਾ ਬਸ ਆ ਕਿਹੜਾ ਪੈ ਗਿਆ ਹੁਣ ਕੰਫਰਟੇਬਲ ਵਾਲਾ ਯਾਰ ਚਲਾਉਣ ਨੂੰ ਲੋ ਕਿੱਥੇ ਨੂੰ ਪੈਂਦਾ ਇਹਦਾ ਟਰੈਕਟਰ ਤਾਂ ਹੱਥ ਲਾ ਕੇ ਖੜਾਇਆ ਸੀ ਲਾ ਲਾ ਬਣਾਉਣ ਨੂੰ ਹੋਰ ਬਾਈ ਥੱਲੇ ਲਾਊਗਾ ਦੇਖੋ ਆਹ ਤਰੀਕਾ ਹੁੰਦਾ ਨਾ ਥੱਲੇ ਲਾਉਣ ਦਾ ਮਤਲਬ ਜਮਾਂ ਥੱਲੇ ਆਉਣ ਵਾਲਾ ਕਲੱਚ ਛੱਡ ਦੋ ਲਓ ਜੀ ਤੇ ਬਾਕੀ ਹੁਣ ਮੈਂ ਲੱਗਿਆ ਸੀਗਾ ਘਰੇ ਆ ਗਿਆ ਸੀਗਾ ਅਤੇ ਆਹ ਐਲ ਸੀ ਡੀ ਚੱਲਦੀ ਕਰਦੀ ਹੈ ਯੂ ਪੀ ਐੱਸ ਆਪਾਂ ਪਹਿਲਾਂ ਨਹੀਂ ਜਗ੍ਹਾ 'ਤੇ ਫਿੱਟ ਕਰ ਦਿੰਦੇ ਹਾਂ ਅਤੇ ਵਾਇਰਿੰਗ ਇਹਦੀ ਜਿਹੜੀ ਸੀਗੀ ਬੂਫਰਾਂ ਵਾਲੀ ਖੋਲ੍ਹ ਕੇ ਉਹ ਰੱਖਤੀ ਮੈਂ ਅਤੇ ਦੂਜੀ ਵੀ ਖੋਲ੍ਹਤੀ ਦੂਜੀ ਉਹ ਪਈ ਆ ਅਤੇ ਹੁਣ ਆਪਾਂ ਕੀ ਕਰਨਾ ਜਿਹੜੀ ਆ ਵਾਇਰਿੰਗ ਰਹਿ ਗਈ ਇਹਦੀ ਉਹਨੂੰ ਸਮੇਟ ਕੇ ਉਦੋਂ ਬਾਅਦ ਚੱਲਦੇ ਹਾਂ ਅਤੇ ਕੰਮ ਤਾਂ ਥੋੜ੍ਹੀ ਇਹਦਾ ਅਰਥ ਵਾਲੀ ਤਾਰ ਖੋਲ੍ਹ ਕੇ ਇੱਧਰ ਕੱਸ ਕੇ ਉਹਨੂੰ ਲਾਉਣੀ ਹੈਗੀ ਆਪਣੇ ਯੂ ਪੀ ਐੱਸ ਨੂੰ ਉਹ ਪਿਆ ਗਾ ਕਰ ਦਈਏ ਫਿੱਟ ਕੇ ਫਿਰ ਕਿਆ ਚੱਲਦੇ ਹਾਂ ਹੈ ਨਾ ਅਤੇ ਟਾਇਰਾਂ 'ਤੇ ਮੈਂ ਸਪਰੇਅ ਮਾਰੀ ਦੇਖੋ ਕਿਵੇਂ ਲੱਗਦਾ ਆਏ ਸੀਗੇ ਕੈਲ ਫਾਰਮ ਅਤੇ ਬਾਕੀ ਚੱਲੀਏ ਚਲੋ ਚੱਲੀਏ ਮਾੜਾ ਇੱਥੇ ਕੰਮ ਕਰਾਉਣਾ ਸੀ ਲੋੜ ਉਦੋਂ ਬਾਅਦ ਚੱਲਦੇ ਹਾਂ ਆਪਾਂ ਘਰ ਨੂੰ ਲਓ ਜੀ ਅਤੇ ਮੋਟਰਸਾਈਕਲ ਕੋਲ ਪਹੁੰਚ ਗਏ ਸੀਗੇ ਬਾਈ ਨੇ ਥੋੜ੍ਹਾ ਜਿਹਾ ਗਾਰਡ ਹੋਰ ਹੀ ਬਣਾਤਾ ਥੋੜ੍ਹੇ ਕਰਾਵਾਂਗੇ ਆਪਾਂ ਸੈੱਟ ਹੈ ਨਾ ਇੱਥੋਂ ਇੱਦਾਂ ਐਂਗਲ ਇੱਥੋਂ ਗੋਲ ਕਰਨੀ ਆ ਕਰ ਦੂਗਾ ਬਾਈ ਨੂੰ ਆ ਜਾਣ ਤੋਂ ਕੋਈ ਨਾ ਉਦੋਂ ਹੈ ਨਹੀਂ ਸੀ ਨਾ ਆਪਾਂ ਤਾਂ ਕਰਕੇ ਅਤੇ ਆਪਣੇ ਉਹ ਖੜਾ ਚੋਬਰ ਅਤੇ ਬਾਈ ਉਹਨੀ ਪੇਟੀ ਫਿੱਟ ਕਰਾਈ ਜਾਂਦੇ ਆ ਇੱਦਾਂ ਠੀਕ ਆ ਨਾ ਬਾਈ ਇੱਦਾਂ ਪੇਟੀ ਸਹੀ ਲੱਗਦੀ ਆ ਹਾਂ ਫਿਰ ਸੋਹਣੀ ਲੱਗੂਗੀ ਬੂਫਰ ਤਾਂ ਕੱਢਦੇ ਹਾਂ ਅੱਜ ਤੱਕ ਬੂਫਰ ਤਾਂ ਸਾਨੂੰ ਨਹੀਂ ਕੀਤੇ ਲਓ ਜੀ ਪੁਰਾਣਾ ਖੁੰਡ ਲਿਆਂਦਾ ਆਪਣੇ ਘਰੇ ਆਉਣ ਦੇ ਆਉਣ ਦੇ ਕੁਛ ਨਹੀਂ ਹੁੰਦਾ ਬਾਈ ਲੱਗ ਜਾਣੀ ਆ ਉਹ ਮੇਰੇ ਵਾਲਾ ਰੋਜ਼ ਲੰਘਦਾ ਹੈਗਾ ਅਤੇ ਉਹ ਤਾਰ ਫਸਦੀ ਸੀ ਲਓ ਜੀ ਲਿਆਂਦਾ ਪੁਰਾਣਾ ਖੁੰਡ ਘਰੇ ਮੈਂ ਖੜਾ ਦੇ ਬਾਈ ਓਕੇ ਆ ਚੱਲ ਪਈਆਂ ਕਦੇ ਖੜ ਜਾਂਦੀਆਂ ਫਿਰ ਚੱਲ ਪੈਂਦੀਆਂ ਕਰਦੇ ਇਹਨਾਂ ਦਾ ਇਲਾਜ ਹੈ ਲਓ ਜੀ ਅਤੇ ਅੱਜ ਮੈਂ ਸਟੈਂਡ ਦਾ ਕੰਮ ਕਰਾਇਆ ਸੀਗਾ ਉਦੋਂ ਮੈਂ ਬਲੌਗ ਬਣਾਇਆ ਨਹੀਂ ਉੱਥੇ ਇਹ ਤਰੀ ਆ ਪੇਟੀ ਅਤੇ ਆਪਣੇ ਵਾਲਾ ਮੂਹਰੇ ਫਰੇਮ ਚੱਲਾ ਤਾ ਹੈ ਨਾ ਪੁਰਾਣਾ ਜਿਹੜਾ ਪਿੱਛੇ ਲੱਗਿਆ ਹੋਇਆ ਸੀਗਾ ਅਤੇ ਕਰੂ ਗੱਲਬਾਤ ਚੈੱਕ ਆ ਬਾਕੀ ਇਹਦੀ ਕਰਦੇ ਹਾਂ ਓਕੇ ਰਿਪੋਰਟ ਲਾਈਟਾਂ ਵਾਲੀ ਬਾਕੀ ਬਾਈ ਨੂੰ ਮਿਲੋ ਤੁਸੀਂ ਗੁਰਵਿੰਦਰ ਪੜਾਇਆ 'ਚ ਬਾਈ ਨੂੰ ਅਤੇ ਪੇਟੀ ਕਰਤੀ ਫਿੱਟ ਓਕੇ ਰਿਪੋਰਟ ਚੱਲਦੀ ਵੀ ਕਰਤੀ ਅਤੇ ਬਹੁਤ ਮਿਹਨਤ ਲੱਗੀ ਸਾਨੂੰ ਪੇਟੀ ਫਿੱਟ ਕਰਨ 'ਤੇ ਹੈ ਨਾ ਪੂਰੀ ਬਾਈ ਹਾਂਜੀ ਅਤੇ ਬਾਈ ਟਰੈਕਟਰ ਚਲਾ ਕੇ ਦੇਖਿਆ ਯਾਰ ਅੱਗ ਵਾਲੀ ਘੈਂਟ ਕੱਢਦਾ ਹੈਗਾ ਤੁਹਾਨੂੰ ਸੁਬਾਹ ਪਰ ਹੁਣੀ ਦਿਖਾ ਸਕਦੀ ਸੀ ਨਾ ਚਲੋ ਕੋਈ ਨਾ ਫਿਰ ਦਿਖਾਉਂਦੇ ਹੈਗੇ ਅੱਗੇ ਹਾਂ ਸਾਰਾ ਪਿੰਡ ਠਾਰ ਵਾਲਾ ਖੜਕਾ ਕਰਦਾ ਯਾਰ ਲਓ ਵੀ ਮਿੱਤਰੋ ਅਤੇ ਰਾਤ ਤੁਹਾਨੂੰ ਦਿਖਾਇਆ ਨਹੀਂ ਸੀ ਟਰੈਕਟਰ ਹੈ ਨਾ ਹੁਣ ਦੇਖੋ ਪੁਰਾਣਾ ਖੁੰਡ ਉਹ ਜਾਲੀ ਜੀ ਧਰਤੀ ਇਹਦੇ 'ਤੇ ਘੈਂਟ ਲੱਗਦੀ ਆ ਅਤੇ ਬਾਕੀ ਦੱਸੋ ਕਮੈਂਟ ਕਰਕੇ ਵਰਕ ਦੇਖੋ ਤੁਸੀਂ ਟਰੈਕਟਰ ਦੀ ਆ ਵੀ ਦੇਖ ਲਓ ਕਿੰਨਾ ਮਾਰਦਾ ਹੈ ਨਾ ਚੱਲਦੇ ਹਾਂ ਕਿ ਹੁਣ ਬਾਈ ਇਹਨਾਂ ਨੇ ਜਾਣਾ ਅੱਜ ਪਿੰਡ ਨੂੰ ਬਰਨਾਲੇ ਅਤੇ ਬਾਕੀ ਕੰਮ ਕੁੰਮ ਦੇਖੋ ਤੁਸੀਂ ਉਹ 'ਚ ਲਾਈਟਾਂ ਲਾ ਦੀਆਂ ਚਲਾ ਕੇ ਦਿਖਾਈਏ ਇੱਕ ਵਾਰ ਇੱਧਰੀ ਲਾਈਟ 'ਤੇ ਉਹ ਟੈਕ ਵੀ ਚੱਲ ਪਿਆ ਇੱਧਰੀ ਲਾਈਟ 'ਤੇ ਆਪਣੀ ਉਹ ਥਰੀਆਂ ਬੁਲਾਉਣੀ ਰਹਿੰਦੀ ਆ ਯਾਰ ਪੇਟੀ ਫਿੱਟ ਕੀਤੀ ਉੱਪਰ 3 ਸਾਬੂ ਬਣਾ ਲਈ ਬਾਈ ਕਹਿੰਦਾ ਟਿਕਟ ਟੁੱਕ ਸੁਣ ਲਿਆ ਕਰਾਂ ਹਾਂ ਚਲੋ ਕਿਹੜਾ ਚੱਲੀ ਹੁਣ ਲਓ ਇਹ ਮਿੱਤਰੋ ਅਤੇ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਅਤੇ ਇਹਦਾ ਪੰਜਵਾਂ ਗੇਅਰ ਢਾਬ ਗੇਅਰ ਹਰ ਮੈਂ ਤੁਹਾਨੂੰ ਰੋਕ ਕੇ ਦਿਖਾਉਂਦਾ ਇਹਦੇ ਹੈਗੇ ਜੀ ਇੱਕ ਮਿੰਟ ਇੱਥੇ ਹੈਗਾ ਪਹਿਲਾ ਇੱਥੇ ਜੋ ਥੱਲੇ ਨੂੰ ਪਾਉਂਦੇ ਹਾਂ ਇੱਥੇ ਆਪਣਾ ਇਹਦਾ ਤੀਜਾ ਇੱਥੇ ਉੱਪਰ ਨੂੰ ਦੂਜਾ ਅਤੇ ਥੱਲੇ ਨੂੰ ਇੱਥੇ ਪੈਂਦਾ ਟਾਪ ਪਰ ਟਾਪ ਗੇਅਰ ਇਹਦਾ ਮੋਡੀਫਾਈ ਨਹੀਂ ਕੀਤਾ ਇਹਦਾ ਚੌਥਾ ਗੇਅਰ ਮੋਡੀਫਾਈ ਕੀਤਾ 5 ਗੇਅਰ ਦੇ ਦੇ ਜਿਹੜਾ ਆਹ ਗੇਅਰ ਆ
हाई स्पीड वाला घेरा देखो की करता है ना हुण इहदा ओरिजिनल टाप दिखाओ ना आ हैगा ना ओरिजिनल टाप किन्ने आराम नाल तुर पिया हुण जिहड़ा तुरे जांदे ते आपां आ गेयर लाउणे आ वाला टाप देखो ट्रैक्टर दा तोरा देखो बंद रेस ते आम ट्रैक्टर दे दूजे गेयर ते फुल रेस ना आऊगा चौथा गेयर दा मॉडिफाई कीता होया बाकी तुसीं देखो बंप एडवांस आ ट्रक वाले पलंजर ने चार सिलेंडर इंजन आ स्टैंडर्ड दा नहीं छड़ता फिर लड़ी बन के रख देना तू इहदी दा मोड आने वाला हौली हौली रोक लो आप ही रोक लेना हौली हो गया लो जी आ गए सी मोटरसाइकिल कोले आज गाड़ बनाना गए आता यार वही फ्रेम जहा बनाया सी रात घरे लैके जाने मोटरसाइकिल है ना तो हम ऊँ टांके लागे बनाता ही फ्रेम घरे लैके जाने तो इतों बढ़ के इनू ऐ मगरों गोल तो इतों ऐ बनूगा इदा ठीक है बनाने फिर तुम दिखाने ऐ नहीं थोड़ा समझ लगनी लो जी मोटरसाइकिल वाला जगाड़ जहाँ तो बन गया तो लगने फट्टा तो फट्टा वा पेंड जाके लवाने पहले तो आप लोहे की चादर जी लवा लीए पेंड पहुँचता कर लिए तो उत्ते बह के जाना भी है ना तो बाकी बैटरी बूटरी फिट कर दी है फिर चलते हैं जाके तो बाकी ये सीट लवाने पेंड जाके तो लक्कड़ का बोर्ड का एक पीस ही कट के धरना है तो वह धरिया जाऊगा